तू लग जा कर जब अगे लगता सी ओवरडोज लाई सी जिहदी मौत पिंडो बाहर जाके हो गई। किन्ने छे भैणा जी दो भरा की काम करदा सी? ਇਹ ਵੱਡਾ ਭਰਾ ਚੰਡੀਗੜ੍ਹ ਕੰਮ ਤੇ ਲੱਗਿਆ ਸੀ, ਇਹ ਥੋੜ੍ਹਾ ਜਿਹਾ ਨਸ਼ਾ ਪੱਤਾ ਕਰਦਾ ਸੀ, ਵਿਹਲਾ ਹੀ ਰਹਿੰਦਾ ਸੀਗਾ ਜੀ। ਕਿੰਨੀ ਉਮਰ ਸੀ? ਕਿੰਨੇ ਇਹਦੀ ਉਮਰ? 18 ਤੋਂ 20 ਸਾਲ ਦੇ ਵਿੱਚ ਵਿੱਚ ਹੈ ਜੀ। ਘਟਨਾ ਜੀ, ਇਹ ਸਾਨੂੰ ਤੜਕੇ ਸਵੇਰ ਪਤਾ ਲੱਗਿਆ ਵੀ ਉਹਦੇ ਵੀਰ ਨਾਂ ਦਾ ਸਾਡੇ ਜਿਹੜੇ ਰਿਸ਼ਤੇਦਾਰ ਆ ਉਹ ਜਿਹੜਾ ਖੁੰਨਾ ਨੂੰ ਰਾਹ ਜਾਂਦਾ ਉੱਥੇ ਬਣਿਆ ਹੋਇਆ ਗਰਾਊਂਡ ਬਣਿਆ ਹੋਇਆ ਉੱਥੇ ਉਹਨਾਂ ਦੀ ਲਾਸ਼ ਪਈ ਹੋਈ ਆ। ਤਾਂ ਮੈਂ ਜਦੋਂ ਚਿਬਣਾਲੀ ਤੋਂ ਚੱਲ ਕੇ ਉੱਥੇ ਆਇਆ ਤੇ ਉਦੋਂ ਨੂੰ ਉਹਦੀ ਲਾਸ਼ ਘਰੇ ਲਿਆਂਦੀ ਸੀ। ਉਹ ਸਾਡੇ ਕੋਲੇ ਕਈ ਵਾਰੀ ਉਹ ਜਦੋਂ ਪਿੰਡ ਆਉਂਦਾ ਸੀ ਇਹਦੇ ਕੋਲੇ ਵੀ ਜਦੋਂ ਇੱਕ ਵਾਰੀ ਸੀਜ਼ਨ ਲਾਉਣ ਆਇਆ ਸੀ ਇਹਨਾਂ ਨੇ ਉਹਨੂੰ ਮਨਾਹੀ ਕਰਤੀ ਸੀ ਵੀ ਯਾਰ ਤੂੰ ਸਾਡੇ ਕੋਲੇ ਨਾ ਕਰ ਜੇ ਨਸ਼ੇ ਨੁਸ਼ੇ ਵਰਤਣੇ ਆ। ਤਾਂ ਇਸ ਕਰਕੇ ਵੀ ਹੁਣ ਵੀ ਤੜਕੇ ਵੀ ਇੱਕ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਕਿ ਦੋ ਮੁੰਡੇ ਸੀ ਜਿਹੜੇ ਉਹਨੂੰ ਸੱਦ ਕੇ ਲੈ ਕੇ ਗਏ। ਉਸ ਤੋਂ ਬਾਅਦ ਉਹਦੀ ਜਿਹੜੀ ਆ ਉਹ ਪਤਾ ਲੱਗਿਆ ਵੀ ਉਹਦੀ ਮੌਤ ਹੋ ਗਈ ਕਿਉਂਕਿ ਨਸ਼ਾ ਜਿਹੜੀਆਂ ਸਰਕਾਰਾਂ ਕਹਿੰਦੀਆਂ ਨੇ ਅਸੀਂ ਖਤਮ ਕਰਤਾ ਜੇ ਆਏ ਰੋਜ਼ ਜਿਹੜੀਆਂ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਆਏ ਰੋਜ਼ ਅਖਬਾਰਾਂ 'ਚ ਵੀ ਤੁਸੀਂ ਦੇਖ ਰਹੇ ਹਾਂ ਅਤੇ ਅੱਜ ਪਿੰਡਾਂ 'ਚ ਜੇ ਨਸ਼ਾ ਉਵੇਂ ਵਿਕ ਰਿਹਾ ਹੈ ਤਾਂ ਇਹਦਾ ਮਤਲਬ ਉਹ ਨਸ਼ੇ ਦੇ ਸੌਦਾਗਰ ਪਿੰਡਾਂ 'ਚ ਬੈਠੇ ਆ ਜਿਹੜੇ ਲਗਾਤਾਰ ਸਾਡੇ ਨੌਜਵਾਨਾਂ ਦੀਆਂ ਜਾਨਾਂ ਲੈ ਰਹੇ ਆ। ਅਤੇ ਸੋ ਸਾਡੀ ਇਹੀ ਅਪੀਲ ਹੈ ਕਿ ਸਰਕਾਰਾਂ ਵੀ ਜਿਹੜੇ ਇਹਨਾਂ ਦੇ ਮਾਪੇ ਸੀਗੇ ਜਦੋਂ ਉਹ ਲਾਸ਼ ਘਰੇ ਗਈ ਆ ਅਤੇ ਉਹਦੇ ਮਾਂ ਪਿਓ ਨੂੰ ਡਰਾ ਦਿੱਤਾ ਗਿਆ ਵੀ ਤੁਸੀਂ ਜੇ ਇਹ ਨਸ਼ੇ ਵਾਲੀ ਗੱਲ ਕਰੋਗੇ ਤਾਂ ਤੁਹਾਡੇ 'ਤੇ ਕੋਈ ਪਰਚਾ ਨਾ ਕੱਟਿਆ ਜਾਵੇ। ਇਸ ਕਰਕੇ ਡਰਦੇ ਹੋਏ ਮਾਪੇ ਨਸ਼ੇ ਵਾਲੇ ਬਿਆਨ ਤੋਂ ਬਦਲ ਗਏ, ਉਹ ਬਸ ਇਸੇ ਇਹੀ ਕਹਿ ਗਏ ਵੀ ਸ਼ਾਇਦ ਕਿਤੇ ਕੋਈ ਦੌਰੇ ਦੂਰੇ ਵਾਲੀ ਦੌਰਾ ਉਹਦੀ ਕੋਈ ਡਾਕਟਰੀ ਰਿਪੋਰਟ ਨਹੀਂ। ਜੇ ਅੱਜ ਤੁਸੀਂ ਉਹਦੀ ਡਾਕਟਰੀ ਰਿਪੋਰਟ ਲੈ ਕੇ ਵੇਖੋ ਵੀ ਜੇ ਐ ਉਹਨੂੰ ਕੋਈ ਇਹੋ ਜਿਹੀ ਸ਼ਿਕਾਇਤ ਹੁੰਦੀ ਤਾਂ ਕੋਈ ਨਾ ਕੋਈ ਡਾਕਟਰੀ ਦਵਾਈ ਤਾਂ ਖਾਂਦਾ ਹੁੰਦਾ। ਤੁਸੀਂ ਉਹਦੇ ਪਤਾ ਕਰੋ ਵੀ ਕੋਈ ਉਹਦੇ ਡਾਕਟਰ ਦੀ ਦਵਾਈ ਖਾਧੀ। ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਜਿਹੜੇ ਵੀ ਨਸ਼ੇ ਦੇ ਸੌਦਾਗਰ ਆ ਸਰਕਾਰ ਉਹਨਾਂ ਨੂੰ ਅੰਦਰ ਕਰੇ। ਅਤੇ ਸਾਡੀ ਦੂਜੀ ਬੇਨਤੀ ਇਹ ਆ ਵੀ ਜਿੰਨਾ ਚਿਰ ਸਰਕਾਰ ਐਕਸ਼ਨ ਕਰੜਾ ਨਹੀਂ ਲੈਂਦੀ ਵੀ ਜਿਵੇਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਨਸ਼ਿਆਂ ਦੇ ਕਾਰਨ ਕਰਕੇ ਵੇਚ ਕੇ ਨਸ਼ੇ ਜਾਇਦਾਦਾਂ ਬਣਾਈਆਂ, ਇੱਕ ਤਾਂ ਉਹਨਾਂ ਦੀਆਂ ਜਾਇਦਾਦਾਂ ਕੁਰਕ ਕਰੇ ਅਤੇ ਇੱਕ ਸਜ਼ਾ ਇਹੋ ਜਿਹੀ ਸਖ਼ਤ ਰੱਖੇ ਜਿਹੜਾ ਬੰਦਾ ਮੁੜ ਕੇ ਨਸ਼ੇ ਵੱਲ ਧਿਆਨ ਨਾ ਕਰੇ। ਇਸ ਕਰਕੇ ਸਰਕਾਰ ਪੋਲੇ ਪੈਰੀ ਇਹ ਨਸ਼ੇ ਬੰਦ ਨਹੀਂ ਕਰ ਸਕਦੇ, ਜਿਹੜੇ ਪਿੰਡਾਂ 'ਚ ਨਸ਼ੇ ਵੇਚਦੇ ਆ ਫੌਰੀ ਉਹਨਾਂ 'ਤੇ ਐਕਸ਼ਨ ਲੈਣੇ ਪੈਣਗੇ ਤਾਂ ਹੀ ਸਾਡੇ ਧੀਆਂ ਪੁੱਤ ਅਗਲੇ ਬੱਚੇ ਚੱਕਣਗੇ। ਨਹੀਂ ਰੋਜ਼ਾਨਾ ਸਾਡੇ ਧੀਆਂ ਪੁੱਤ ਮਰ ਰਹੇ ਆ, ਉਹ ਜਿਹੜੀਆਂ ਸਰਕਾਰਾਂ ਹਜੇ ਨਸ਼ੇ ਵੱਲ ਪੂਰਾ ਧਿਆਨ ਨਹੀਂ ਗਾ। ਸੋ ਸਾਡੀ ਇਹੀ ਅਪੀਲ ਆ ਸਰਕਾਰ ਨੂੰ, ਬੇਨਤੀ ਹੈ ਕਿ ਜੇ ਦੂਜੇ ਧੀਆਂ ਪੁੱਤ ਬਚਾਉਣੇ ਆ ਤਾਂ ਨਸ਼ੇ ਵੱਲ ਜਿਹੜੀ ਰੋਕ ਲਾਉਣੀ ਪਊਗੀ, ਜਿਹੜੇ ਪਿੰਡਾਂ 'ਚ ਵੇਚਦੇ ਆ ਉਹਨਾਂ 'ਤੇ ਸਖਤੀ ਵਰਤੀ। ਇਹ ਸਵੇਰ 9 ਵਜੇ ਫੋਨ ਕੀਤਾ ਪਿੰਡ 'ਚ ਅਖੇਰੇ ਵਾਲੇ ਤੋਂ, ਕਿਸੇ ਨੇ ਵੀ ਐਂ ਕਰਕੇ ਵੀ ਇਕੱਠ ਹੋਇਆ ਅਤੇ ਉੱਥੇ ਇੱਕ ਮਤਲਬ ਪਿੰਡ ਦੇ ਜਿਹੜਾ ਅਖੇਰੇ ਵਾਲਾ ਤੋਂ ਖੁੰਡੇ ਹਲਾਲ ਨੂੰ ਰਸਤਾ ਜਾਂਦਾ ਵੀ ਉੱਥੇ ਇੱਕ ਬੋਡੀ ਪਈ ਅਤੇ ਕਾਫੀ ਇਕੱਠ ਹੋਏ। ਉਹਦੇ ਵਿੱਚ ਮੈਨੂੰ ਜਦੋਂ ਨੋਟ ਕਰਾਇਆ ਤਾਂ ਅਸੀਂ ਮੌਕੇ 'ਤੇ ਆਏ, ਉੱਥੇ ਪਿੰਡ ਦੇ ਮਤਲਬ ਆਉਂਦੇ ਨੂੰ ਬਹੁਤ ਵਾਰ ਬੰਦੇ ਬਹੁਤ ਖੜ੍ਹੇ ਸੀ ਅਤੇ ਇਹਦੇ ਜਿਹੜਾ ਲੜਕਾ ਉਹਦੇ ਵੀਰ ਇਹਦੀ ਮਾਤਾ ਵੀ ਉੱਥੇ ਸੀ, ਇਹਦੀ ਸਿਸਟਰ ਅਤੇ ਇਹਦਾ ਪਿਤਾ ਜਿਹੜਾ ਉਹ ਵਿਚਾਰਾ ਟੀ ਵੀ ਦਾ ਮਰੀਜ਼ ਆ, ਉਹ ਕਮਜ਼ੋਰ ਆ। ਅਤੇ ਉੱਥੇ ਫਿਰ ਉਹਦੀ ਮਾਤਾ ਨੇ ਆਪਦੀ ਜਿਹੜੀ ਸਟੇਟਮੈਂਟ ਦਿੱਤੀ ਆ, ਉੱਥੇ ਬਹੁਤ ਵਾਰ ਬੰਦੇ ਹੋਰ ਸੀ ਪਿੰਡ ਦੇ, ਉਹਨਾਂ ਨੇ ਇਹੋ ਦੱਸੀ ਆ ਵੀ ਮੇਰੇ 6 ਕੁੜੀਆਂ ਸੀ ਜਿਨ੍ਹਾਂ ਵਿੱਚੋਂ 5 ਤਾਂ ਸ਼ਾਦੀਸ਼ੁਦਾ, ਇੱਕ ਮੇਰੀ ਬੇਟੀ ਵਿਆਹੁਣ ਵਾਲੀ ਆ, ਬੇਟਾ ਮੇਰਾ ਜਿਹੜਾ ਉਹ ਚੰਡੀਗੜ੍ਹ ਕੰਮ ਕਰਦਾ ਵੱਡਾ, ਇਹ ਛੋਟਾ ਹੈ, ਇਹਦੇ ਦਿਮਾਗ 'ਤੇ ਬੋਝ ਰਹਿੰਦਾ ਸੀ, ਦਿਮਾਗੀ ਬੋਝ ਕਰਕੇ ਵੀ ਅਸੀਂ ਆਰਥਿਕ ਪੱਖੋਂ ਥੋੜ੍ਹੇ ਜਿਹੇ ਕਮਜ਼ੋਰ ਸੀ ਅਤੇ ਅੱਗੇ ਵੀ ਇਹਨੂੰ ਦੌਰੇ ਪੈਂਦੇ ਸੀ ਅਤੇ ਅੱਜ ਵੀ ਹੋ ਸਕਦਾ ਵੀ ਉਹਨਾਂ ਦੀ ਸਟੇਟਮੈਂਟ ਦੇ ਮੁਤਾਬਕ ਆ। ਨਹੀਂ ਐਵੇਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ, ਨਸ਼ੇ ਵਗੈਰਾ ਦੀ ਕੋਈ 1% ਵੀ ਨਹੀਂ ਸਾਹਮਣੇ ਆਈ ਗੱਲ। ਅਤੇ ਨੰਬਰ 2 'ਤੇ ਜਿਹੜਾ ਇਹਦਾ ਪੋਸਟਮਾਰਟਮ ਕਰਵਾ ਦਿੱਤਾ ਅਤੇ ਉਹ ਤਾਂ ਫਿਰ ਜਿਹੜੀ FSL ਦੀ ਜਦੋਂ ਰਿਪੋਰਟ ਆਊਗੀ ਅਤੇ ਸਹੀ ਮੌਤ ਦੇ ਕਾਰਨਾਂ ਦਾ ਤਾਂ ਉਦੋਂ ਹੀ ਕਲੀਅਰ ਹੋਵੇਗਾ।